Adiós, señor.
ਹੁਸੈਨ ਅੱਬਾਸ ਨੂੰ ਮਖਲੂਕ ਦਾ ਦਿਮਾਗ ਨਹੀਂ ਸਮਝ ਸਕਦਾ। ਆਖ ਲਿਆ ਪਤਾ ਨਹੀਂ ਕਹਿੰਦੇ ਸਿਰ ਤੋਂ ਟੱਪਦਾ ਹੀ ਹੈ, ਕਹਿੰਦੇ ਹੁਸੈਨ ਦਿਲ ਰੱਖੀਏ। ਮਖਲੂਕ ਦੇ ਦਿਮਾਗ ਦਾ ਸਰਦਾਰ ਸ਼ਾਹ ਕੰਮ ਹੀ ਨਹੀਂ ਰੱਲਾ ਸਾਈਂ ਜੋ ਅੱਬਾਸ ਨੂੰ ਸਮਝੇ। ਅੱਬਾਸ ਕੋ ਸਮਝਣ ਦੀ ਖਾਤਰ ਕੰਮ ਅਜ਼ ਕੰਮ ਮੈਂ ਤਾਂ ਆਪ ਸੁਣਾ ਜੁਮਲਾ, ਅੱਬਾਸ ਕੋ ਸਮਝਣ ਦੀ ਖਾਤਰ ਕੰਮ ਅਜ਼ ਕੰਮ ਅੱਲਾਹ ਦੀ ਇੱਕ ਸਿਫਤ ਦਾ ਭਈਵਾਲ ਬਣਾ। ਨਾਰੇ ਦੀ ਮੈਂ ਗੁਣ ਗਿਣ ਗਿਣੋ ਪੱਕੀ ਛੁੱਟੀ, ਅੱਬਾਸ ਚੌੜਾਂ ਦੀਆਂ ਸਿਫਤਾਂ ਦਾ ਕੱਲਾ ਵਾਰਿਸ ਕੋਸ਼ਿਸ਼ ਕਰਨਾ। ਅੱਲਾਹ ਆਪਣੇ ਸਿਫਤਾਂ ਸਭ ਬੱਚਾ ਤਕਸੀਮ ਕੀਤੇ ਨੇ 14 ਇੰਚ ਜਿਹੜੇ ਨਹੀਂ ਸਮਝੇ ਜ਼ੋਰ ਸ਼ਾਹ। ਅੱਲਾਹ ਆਪਣੀ ਕਿਬਰਿਆਈ ਦੀ ਗਹਿਰਾਈ ਚੋਂ ਇੱਕ ਹਕੀਕਤ ਬਰਾਮਦ ਕੀਤੀ, ਡਿਠਸ ਮੈਂ ਮੇਰੀ ਕਿਬਰਿਆਈ ਦੀ ਗਹਿਰਾਈ ਚੋਂ ਨਿਕਲੇ ਜੋ ਮੈਂ ਹਾਂ ਉਹ ਇਹ ਹੈ। ਇਹਦੇ ਮੇਰੇ ਚ ਫਰਕ ਕਿਵੇਂ ਰਾਸੀ, ਮੈਂ ਇੱਕਦਮ ਗੁਲੂ ਚ ਬੀਤਸ ਬਾਤੀ ਬੇਦਿਲ ਦਾ ਦਿਲ ਮੁਤਮਾਇਨ ਨਹੀਂ ਥੀ ਆ ਬਸ ਪੰਜ ਚ ਬੀਤਸ ਬਾਤੀ ਮੁਤਮਾਇਨ ਨਹੀਂ ਥੀ ਆ ਬਾਰਾਂ ਬਾਤੀ ਨਹੀਂ ਥੀ ਆ ਚੌਦਾਂ ਚੌਦਾਂ ਹਿੱਸੇ ਤਕਸੀਮ ਕਰਕੇ ਆਪਣੀਆਂ ਸ਼ਿਫਤਾਂ ਉਹਨਾਂ ਤੇ ਵੰਡ ਦਿੱਤੇ ਸੀ। ਜਿਹਦਾ ਦਿਲ ਬਰਦਾਸ਼ਤ ਕਰੇਂਦੇ ਇਸ ਘਰ ਦੇ ਫਜ਼ਾਇਲ ਦੀ ਧਮਕ ਕੋਮਲ ਲੇਖੇ ਅੱਲਾਹ ਤੇ ਇਹਨਾਂ ਚ ਫਰਕ ਹੀ ਹੋਏ ਉਹ ਹਿੱਕੇ ਚੌੜਾ ਬੰਦ ਕਰ ਦਿੱਤੀ ਜੁਮਲੇ ਚ ਉਹ ਹਿੱਕ ਚੌਦਾਂ ਜੇ ਹਿੱਕ ਹੁੰਦਾ ਹੁਣ ਇਵੇਂ ਬਈ ਹਿੱਕ ਖਾਨਦਾਨ ਦੇ 14 ਬੰਦੇ ਬੈਠਣ ਤੇ ਸਰਦਾਰ ਸ਼ਾਹ ਹਰ ਦੀ ਜੇਬ ਵਿੱਚ 100-100 ਰੁਪਈਆ ਹੈ ਮਿਸਾਲ ਹੈ ਤੇ 15ਵਾਂ ਇੱਕ ਬਾਲ ਬੈਠੇ ਉਹੀ ਖਾਨਦਾਨ ਦਾ ਹੇ ਸਾਰੇ ਦਾ ਲਾਡਲਾ ਤੇ ਪਿਆਰਾ। ਪਹਿਲੇ ਬਜ਼ੁਰਗ ਆਪਣਾ 100 ਰੁਪਿਆ ਉਗਰੀਤੇ ਹਾਂ ਤੂੰ ਗਿਣ, ਦੂਜੇ ਆਖੇ ਮੈਦਾ ਹੀ ਸਹੀ ਗਿਣ, ਤੀਜੇ ਆਖੇ ਮੈਦਾ ਹੀ ਸਹੀ ਗਿਣ, ਚੌਥੇ ਆਖੇ ਮੈਦਾ ਹੀ ਗਿਣ। ਹੁਣ ਹੇ ਸਾਰੇ ਕੋਲੋਂ ਛੋਟਾ ਮਗਰ ਮੁਕੱਦਰ ਬਿਠੇ ਵੇ ਕੱਲੇ ਕੋਲ 1400
ਬਾਹਰ ਮਾਰਕਾ ਸਮਝ ਆਉਂਦੀ ਮੇਰੀ ਗੱਲ ਨੀ ਉਹ ਕੋਈ ਤਾਂ ਸਮਝਾਉਣ ਦੀ ਕੋਸ਼ਿਸ਼ ਮੈਂ ਨਾ ਕਰਨਾ ਹੈ ਅੱਬਾਸ ਚੌਦਾਂ ਦਾ ਰਾਜ ਲੈ ਰਸੂਲ ਆਖੇ ਮੇਰੇ ਇਖਤਿਆਰ ਦੀ ਚਾਬੀ ਤੂੰ ਫਿਰ ਇਨਾਮ ਕਿਹੜੀ ਸ਼ਾਇਦ ਹੈ ਥੱਕਣ ਦਾ ਤੂੰ ਕਮੀ ਸ਼ੋਰਾ ਕਰ ਇਨਾਮ ਯਾ ਸਭ ਕਿਹੜੀ ਸ਼ਾਇਦ ਹੈ ਲੋਕ ਜੇ ਪੁੱਛਣਾ ਹਰ ਵੇਲੇ ਫਿਰਾਂ ਦੇ ਨਾਲ ਕਿਉਂ ਰਹਿੰਦੇ ਪਰ ਮੈਨੂੰ ਨਹੀਂ ਪਤਾ ਮੇਰੇ ਸਾਹਮਣੇ ਕੌਣ ਕਿਆ ਹੈ ਮੈਂ ਅਸਲ ਵਿੱਚ ਹੁਣ ਆਪਣੇ ਆਪ ਵਿੱਚ ਨਹੀਂ ਲਿਖਾ ਲੋਕ ਜੇ ਪੁੱਛਣਾ ਹਰ ਵੇਲੇ ਕਿਉਂ ਵੱਧੇ ਪਤਾ ਪਾਸ ਕਿਆ ਦਾ ਹੁਸੈਨ ਤੋਂ ਇਸ਼ਾਰਾ ਕਰਕੇ ਆਦਾ ਬਿਰਾਦ ਜੀ ਖੁਲੇ ਕਤਲੇ ਜਦੇ ਹਿਲ ਕੌਣ ਰਹੇ ਵਾ ਖੁਲਕ ਤੋਂ ਅਨਾ ਲਿਲ ਹੁਸੈਨ ਅੱਬਾਸ ਆਦੇ ਇਹਦੇ ਨਾਲੇ ਕੀਤੇ ਕਾਇਨਾਤ ਬਣੀਏ ਤੇ ਮੈਂ ਕੱਲਾ ਹੁਸੈਨ ਦੇ ਖਾਤਰ ਕਾਇਨਾਤ ਚ ਅੰਬੀਆ ਹੈ ਨੀ ਨਾ ਰਸੂਲ ਕਿਤੇ ਬਣਿਆ ਮੇਰਾ ਰਸੂਲ ਨਾ ਹੋਗਾ ਨਬੀ ਨਾ ਹੋਵੇਗਾ ਫਰਿਸ਼ਤੇ ਕਾਇਨਾਤ ਵਿੱਚ ਹੈ ਨਹੀਂ ਨਾ ਰਸੂਲ ਦੇ ਖਾਤਰ ਬਣੇ ਅਰਸ਼ ਕਾਇਨਾਤ ਚ ਹੈ ਨਾ ਲਹੂ ਕਲਮ ਕੁਰਸੀ ਹੈ ਨਾ ਇਹ ਸਾਰੀ ਸ਼ਾਇ ਬਣੀ ਹੈ ਰਸੂਲ ਦੀ ਖਾਤਰ ਅੱਬਾਸ ਆਦੇ ਖੁਲਕ ਤੋਂ ਅਨਾ ਲਿਲ ਹੁਸੈਨ ਮੈਂ ਕੱਲਾ ਬਣਿਆ ਹੁਸੈਨ ਦੀ ਖਾਤਰ ਪਰ ਮੈਂ ਨਾ ਪੋਸੀ ਅੰਬੀਆ ਫਰਿਸ਼ਤੇ ਸਮੇਤ ਖੁਦਾਈ ਇੱਕ ਪਾਸੇ ਹੋਵੇ ਕੱਲਾ ਅੱਬਾਸ ਇੱਕ ਪਾਸੇ ਰਸੂਲ ਦਾ ਬਾਬੇ ਅੱਬਾਸ
ਰਸੂਲ ਦੇ ਨਾਂ ਦੇ ਅਦਾ ਦਿਨ 92 ਕਿੰਨੇ ਮੀਮ ਦੇ 40 ਹੇ ਦੇ 8 ਵਕਤ ਮੀਮ ਦੇ 40 ਦਾਲ ਦੇ 4 92 ਤੇ ਇਹਦੇ ਚ ਬਾਪ ਦੇ ਅਦਾ ਦਰ ਰਹੀ ਚੰਨਾ ਬੇਦਨ ਨੂੰ ਅਲਫ ਦਾ ਹਿਕਮਤ ਬੇਦਨ ਨੂੰ 5 92 ਤੇ 5 97 ਜਬਕਿ ਅਲੀ ਦੇ ਨਾਂ ਦੇ ਅਦਾ ਦਿਨ 110 ਅਦਾ ਦਰ ਰਹਿੰਦੇ ਨਹੀਂ ਹੁਸੈਨ ਦੇ ਅਦਾ ਦਿਨ 128 ਬਾਪ ਦਰਵਾਜ਼ਾ ਮੈਂ ਇੱਥੇ ਬਾਪ ਦਾ ਤਰਜਮਾ ਬਾਪ ਕਰੇ ਸਾਂ ਕਮ ਅਜ਼ ਕਮ ਆਪਣੇ ਲੁਤਫ ਦੀ ਖਾਤਰ ਇਲਾਕਾਮਾ ਅਬੂ ਅਬਦੁੱਲਾ ਅਲੈਹਿ ਸਲਾਮ ਦੇ ਫਰੀਦ ਫਜਰ ਜਦਾਂ ਹੀ ਹੁਸੈਨ ਸੁਬਹ ਦੀ ਨਮਾਜ਼ ਤੇ ਉੱਠੇ ਤੇ ਆਪਣਾ ਬਾਪ ਖੋਲੇ ਹੁਸੈਨ ਦੇ ਬਾਪ ਤੇ ਹੁਸੈਨ ਦਾ ਬਾਪ ਖੜਾ ਹੋ ਗਿਆ ਹੁਸੈਨ ਦੇ ਬਾਪ ਤੇ ਜਿਹੜੇ ਤਰਦ ਹੁਸੈਨ ਦਾ ਬਾਪ ਖੜੇ ਹਰ ਸੁਬਹ ਬਾਬੇ ਦਾ ਚਿਹਰਾ ਦੇਖਦਾ ਮੇਰੇ ਦੁੱਖ ਚੱਲ ਰਹੇ ਪਕੜੋ ਖੈਬਰ ਦੇ ਮੈਦਾਨ ਚ ਅੱਲਾ ਰਸੂਲ ਨੂੰ ਆਖਿਆ ਨਾਜ਼ੇ ਅਲੀ ਮਜ਼ਹਰ ਅਜਾਇਬ ਤਜਿਦ ਵਹੌਰਨ ਲਕ ਫਿਲ ਨਵਾਇਬ ਕੁੱਲੁ ਹਮਮ ਵਗਮ ਸਯੰਜਲੀ ਬੇਅਲੀ 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 ਮਾਰਹਕਨ ਅਲੀ ਕੁਝ ਰਾਜਾ ਬਾਦ ਦਾ ਮਜ਼ਹਰ ਹੈ ਤੇਰੇ ਸਾਰੇ ਗਮ ਸਾਰੇ ਦੁੱਖ ਚਲਵੇ ਸਨ ਅਲੀ ਦੇ ਜ਼ਰੀਏ ਅਲੀ ਦੇ ਜ਼ਰੀਏ ਅਲੀ ਦੇ ਜ਼ਰੀਏ ਹੁਸੈਨ ਅਬਾਸ ਪੁੱਤਰ ਬਣਾਵੇ ਤਾਂ ਗਾਲ ਸਮਝ ਚ ਆਉਂਦੀ ਹੈ ਹਸਨ ਹੁਸੈਨ ਜੈ ਆਦਿ ਅੱਬਾਸ ਮੇਰਾ ਪੁੱਤਰ
ਸਾਡਾ ਅੱਲਾ ਸਹੀ ਮਰੀ ਦੋਸ਼ਾ ਤਹਰੀ ਵਸੀਅਤ ਵਿੱਚ ਆਪਣੇ ਫਦਕ ਦਾ ਚੌਥਾ ਹਿੱਸਾ ਅਸਾਂ ਬੱਚਿਆਂ ਨੂੰ ਲਿਖ ਕੇ ਦੇ ਗਈਏ ਅੱਬਾਸ ਨੂੰ। ਕੁਛ ਸੁਣਾਉਣ ਤੇ ਮੇਰਾ ਦਿਲ ਤਾਂ ਹਾ ਮਗਰ ਸਾਰੇ ਕੋਲ ਕੀਮਤ ਹੀ ਤਾਂ ਹੋਵੇ ਨਾ। ਮੈਂ ਤਾਂ ਇਹ ਸਮਝ ਨਹੀਂ ਆਉਂਦੀ ਇਹ ਮਹੱਲਾ ਤਾਂ ਹਰ ਵੇਲੇ ਨਾਲ ਰਹਿੰਦੇ, ਜਦੋਂ ਇਹ ਮਹੱਲਾ ਨਾਲ ਮਾਰੇ ਇਹ ਨੀ ਰੁਲਦਾ, ਜਦੋਂ ਇਹ ਮਾਰੇ ਇਹ ਨੀ ਰੁਲਦਾ। ਬਤੂਲ ਅੱਬਾਸ ਕੋ ਹਿੱਸੇ ਲੈਂਦੀ ਰਹੀ ਹੈ। ਜਨਾ ਰਹੀ ਸ਼ਾਦੀ ਥੀ ਮਨ ਗਈ ਅੱਬਾਸ ਦੀ, ਪਤਾ ਹੀ ਕਿੰਨਾ ਥਈ ਨਹੀਂ ਕਿਵੇਂ ਥਈ ਨਹੀਂ ਪਤਾ, ਜਨਾ ਦੱਸਣਾ ਹੀ ਮੈਂ ਹੈ ਪ੍ਰਭੂ ਸਾਹਮੂ ਕਰਕੇ ਨੇ ਰਸ਼ ਕੇ ਗੁਲਾਬ ਚਿਹਰਾ ਪਾਇਆ। ਮੈਂ ਦੱਸੇ ਨਾ ਸੰਤਾਲੀ ਹਿਜਰੀ ਸੱਤ ਸ਼ਾਬਾਨ ਕੋ ਕਾਸ਼ਮ ਹੈ ਸ਼ਮਸੀ ਸਾਹਿਬ ਦੁਨੀਆ ਤੇ, ਸੰਤਾਲੀ ਹਿਜਰੀ ਮੁਨਵਰ ਸੱਤ ਸ਼ਾਬਾਨ ਹੁਸੈਨ ਟੁਰੇ ਫਿਰਾ ਕੋ ਮੁਬਾਰਕ ਜਵਾਨ। ਹੈਂ ਤੋੜੇ ਵਕਤ ਦੀ ਹੁਜਤ ਹਸਨ ਆਈ, ਵੱਡਾ ਹੀ ਹਸਨ ਹੈ ਹੁਸੈਨ ਕਿਤੇ ਉੱਠੇ ਚੰਦ ਕਦਮ ਬੰਧੇ ਫਿਰਾ ਕਰ ਲੱਗੇ ਹੁਸੈਨ ਮੁਬਾਰਕ ਲੈ ਕੇ ਮੁਸਕਰਾ ਕੇ ਵੀਰ ਹਸਨ ਅੱਜ ਮੇਰੇ ਕਰਬਲਾ ਦੇ ਚਾਰੇ ਅਨਾਸਰ ਪੂਰੇ ਸੀ। ਮੈਂ ਚਾਹੁੰਦਾ ਜੋ ਅੱਜ ਇਹ ਖੁਸ਼ੀ ਨੂੰ ਦੁਬਾਲਾ ਨਾ ਕਰੋ, ਜਿਹੜੀ ਦੁਗਲਾ ਨਾ ਕਰ ਲਓ। ਜਾਣਦਾ ਹਵਾਲਾ ਹਸਨ ਅਸਾਂ ਬੇਰਮਾ ਤੇ ਗੱਲ ਪਹੁੰਚਣੀ ਆਈ ਹੁਸੈਨ ਜੀ ਕਿਆ ਮਤਲਬ, ਬਾਬੇ ਦੀ ਸ਼ਕਲ ਵਾਲਾ ਜਵਾਨ ਨਹੀਂ ਹੈ, ਮੈਂ ਕੋਈ ਅਮੈਰੀਕਾ ਨਹੀਂ ਰਹਿੰਦਾ ਇਹ ਖੜੇ ਬਾਬਾ ਕੋਲ ਆਂਦੇ ਫਿਰਦੇ ਲੱਗੇ ਹੋਏ ਹਾਂ, ਹਵਾਲਾ ਦੇਖਣ ਦਾ ਹੱਕ ਹੈ ਹਾਂ। ਮੰਡੂ ਜੁਮੇ ਹੁਣ ਪੜਦਾ ਪਿਆ ਸਰਦਾਰ ਸ਼ਾਹ ਵਾਸੀ ਸ਼ਾਦੀ ਦੇ ਤੇ ਮੈਂ ਸਾਰੇ ਕੋ ਕਾਂਡ ਸਮਝੀ ਖੜਾ ਵੱਡੇ ਘਰਾਂ ਦੀ ਸ਼ਾਦੀ ਵਿੱਚ ਕਾਂਡ ਨਾਲ ਚਾਵੇ ਪਾਉਂਦੇ ਦੀ ਤਹਿਰੀਰ ਪੜ ਸਭ ਤੁਹਾਡੇ ਚਿਹਰੇ ਤੋਂ ਬਈ ਕਿਹੜਾ ਕਾਂਢੀ ਹੈ ਤੇ ਕਿਹੜਾ ਸੜਨ ਆਏ। ਹਾਂ ਹੁਸੈਨ ਬੇਰਾ ਤਜਵੀਜ਼ ਤਾਂ ਬੜੀ ਸੋਹਣੀ ਹੈ, ਕਹਿ ਕਰੋ ਰਿਸ਼ਤਾ ਮਗਰੇ ਪਰ ਮੈਂ ਫਜ਼ਲ ਬਿਨ ਅੱਬਾਸ, ਫਜ਼ਲ ਬਿਨ ਅੱਬਾਸ ਬਿਨ ਅਬਦੁਲ ਮੁਤਲਬ ਇਕਣੋ ਜਨਾਬੇ ਲਬਾਬਾ ਸਲਾਮੁੱਲਾ ਅਲੈਹ ਦੇ ਵਾਲਿਦਨ ਫਜ਼ਲ ਬਿਨ ਅੱਬਾਸ ਦੋਹੇ ਫਿਰਾ ਟੁਰਨ। ਤਫਸੀਲ ਦਾ ਵਕਤ ਨਹੀਂ ਬਜਵੇਂ ਇਸ਼ਾਰੇ ਛੋੜੇ ਨਾ, ਫਜ਼ਲ ਆਂਦਾ ਬਿਠੇ ਉੱਠੇ ਦੋਹੇ ਸ਼ਹਿਨਸ਼ਾਹ ਨੌਕਰ ਦੇ ਘਰ, ਮੈਂ ਕੋਈ ਯਾਦ ਕਰੋ ਹਾਂ ਹਸਨ ਮੁਸਕਰਾ ਕੇ ਆਖੇ ਕੰਮ ਹੀ ਸਾਡਾ ਹਾਂ
اے جاگا اے عباسی شادی نہ کانھی ہوئے حسنات فرض ساکو ہائی میرے آر جدا حسنہ کنا فرض ساکو ہائی فضل میں عباس حیران تھی کہا دے تو آکو میڈے نال فرض تو آدھی ماشاء اللہ کو شادی دا نیندر آئی اور نارا آئی ہوئے شور ایک شاید کچھ لوگ سمجھیے میری گا کچھ نہیں ارے بخش میرا والا حسنا کہنا غرض ساکو آئی فضل آ دے تو آدھی غرض اللہ کو ہے تو آپ کو میرے نہ کری لقد شارکت فی حسن امیر المومنین ولو معصوب العینین فضل تیرے کول ایک شرف پہلے ہے تے سارے بابے علی کو غسل دیوائے سارے نال رل کے گوت دی اکھی تے اسا پٹی بندی آئی رحمان دا رشتہ ہوئے اس وجہ شاہ کہے مگر کیڑے بھرا کی تے منگڑا ہے وہ ادھے جڑا سارے بابے دی شکل ہے اچھا ہاں ایک جملہ میاں مدن دے سی میں یہاں جی سر میاں سے جار کہ ایک شاہن نواب آئے اے بھی عام خاتون نہیں میں کتابیں پڑھے کانت من النساء الفاضلات العارفات غار قطن فی بلاء آل رسول و اولاد البتول متشریف دعوا کریں خواتین فاضلہ چوائی عارفات چوائی اولاد بتول دی محبت چ غرق ہے کانت تزور کل یوم ابا عبداللہ علیہ السلام و ابنۃ امیر المومنین الکبریٰ روز حسین شادی تو پہلے حسین دی زیارت تے آندی ہے شام دی ملکہ دی زیارت تے آندی ہے وفی غیاب ابی عبداللہ تزور زینب الکبریٰ مرتن مرتن زیارت لہا و مرتن زیارت نخیمہ تے جن حسین سفر تے ہویا پر زینب دلو والی زیارت کرن دے آدے ایک تیری اپنی ہے تیرے میر حسین فضل آدھے سرکار تواری کنیز ہے جدہ دل کرے وقت دا امام حسن ہے لٹھا حسین دے پاسے کلہ دی تاریخ رکھنی ہے ہن انہاں دا تھوڑا جا امتحان تا گن گن آنا جو آ ایڈا عرصہ جا ٹھیک ہے میں کہوں انہاں دے والد چاچے دے زمانے جلا پانچ مجل سے حضف رباد کی نیان دے پانچ جیتھا ان زمانے دا پڑھانا گا مر کو چھوڑ دیتا بتا گیا بتا گیا میں دیکھا نہ سی جی میری محنت دا اثر کیا تھے حسن نیچے نہ حسین دے کلان دی تاریخ رکھوں فرمائے دل آج ساتے نام دیہاڑے سولہ کو عباس دی بارات ہے
55 ফজর পড়ার না পড়ে তো সাত আযানে নিয়ামত খোদা বাস রাহে চলতে তরি হ্যাঁ 16 6 1 7 ঠিক আছে সরদার ফর মেরো দেখি আল্লাহ আকবার বরাত কেন্দ্রে ঘর মে গিয়ে ফজল বিন আব্বাস জুমলা আখা তে হুনে রজা থেমে কে থাম কোন কে বেঠে বরাত মে গিয়ে ফজল দে ঘর সব খারাজা আবুল ফজল ইলা বাইতুল ফজল درمیان دو سورج ایک چند سجی حسن خبر حسین ادھ کمرے بنی ہاشم زور لائے حسن اپنی جا حسین اپنی جا شام والی کا تو کچھ لگتا جلدی کرنی پی گئی سو نوکر عبداللہ بن جعفر تیار دے فرار دے نال جنہاں دے سراں دے بڑے بڑے فال پہنے جواہر تیار عبداللہ بن جعفر تیار میں عباس تو زار کے سجدہ دے ادے مدینے آلے ہو محمد دے درود پڑھو علی دے دشمنا تے لعنت کرو عباس کا صدقہ لو فتح المجتبى ابواب مضيفه الى اربعه اشهر يوما
پورے چودہ دہاڑے تیرے مولا حسن ولیمہ کیتے عباس دا کتنا چودہ دن میرے دیکھیں وسنہ ابو عبداللہ الحسین من لیلت الہلال الى عشرین شہر رمضان من الافطار الى السحر بلحوم الحیوانات و انوار الحلال والفواکہ تو والنصف رمضان دا چند پہلی رات کنو گھر کے وہی رمضان تک افطاری کنو سحری تک حسین دے دسترخوان تے کائنات دے ہر جانور دا گوشت ہوندا ہر گوشت ہر فروٹ ہر میوہ حسن کتنے دیہڑے ولیمہ کیتے حسین بھی چودہ 34 سال کا نہیں ہو پاس شیخ حسین میرے سردار نے لکھ دے رائے تو بے خط بعد میں شاید ہو دے میں اپنے ایک استاد دی تحریر لکھی ہے کیا انہا اب عبداللہ حسین علیہ السلام را فی تلک اللیلت فی المنام امہ الصدیقہ عباس دی شادی علی رات حسین خواب وچ اپنی امہ بتول کو لکھے یہ ہنگار دی خاطر یہ ساری محنت کی دیا ہوں میرے بابے محمد دل چھڈا کی تھی اپنے بابے علی دل چھڈا کی تھی تو سب ہرا کا زور لائی پیو شادی تے میڈا جو پترے میں آئی ہاں جو عباس دی دلہن کو تو کوئی سلامی دے جانے سلامی کیا دے رہی ہے سردار شاہ دور شاہ رضا نہیں سین حسین کو کہ حاضر ہی وسیقہ تھی اے میرا وسیقہ ہے میری تحریر ہے فم تباہ الامام وجد ان دراز سے رخ آتن مکتوب آتن حسین دی اکھر یہ دیکھے تو سیران دی ایک نوری کاغذ پہ اوپر لکھا ہویا کیا ہے سنتے جا حاضمہ قطبت فاطمہ تو بنت رسول اللہ بشہادت ابی حاضر زوجہا انی محبتو لے ارسے ابنی العباس عربا مدائنہ فی الجنان بے خورہا و قصورہا و رضوانہا و نعیمہا ان شاعت ہم سکت و ان شاعت صدقت تو راجہ میں نے رکھی بطول لکھے اے محمد نے دی تحریر پہ کرے لیے بے شہادت ابی ہم زوجہا تے تحریر دا گواہ میرا بابا محمد ہے تے میرا شوہر علی ہے
بہتر ہے سیدنا عباس اربع مدائنا فجنا میں اپنے پتر عباس دی دلہن کو جنت دے شہر ہبا کیتن جنت دے چار شہر محلہ سمے سارے دسو ایڈا جو پیار ہے جدہ عباس زین تو رہ گیا خاطر بیٹھے ہو ہاں درد ہر کہانی کی جان دے آزادار میں تو سر یاد کروانی ہے کتاب پڑھے ہوئے جملے بانی والے مجلس جہی مجلس اکبر دی شہادت پڑھی جے جہی سین اکبر کو پالے ان کی ہر مکانی تے دید ہوں دی. علی دی دید دے دیے کون میرے اکبر کو کیویں بتا دے شام سیدا ہو زینب کل ہی تو نہیں آتی ایک چار سال کی بندولی نال آتی ہے ممبر کے خلاف میرے ہاتھ ہے زمانت میرے کوئی نہیں سکینہ سارے مسائل پھپھی کی جھولی بہ کے سنتی ہے حتی اکبر کی شہادت بہ کے سنتی ہے بابے دے دی شہادت بہ کے سنتی ہے اللہ جانے شیخ مان والے راج ہے جو ہی عباس کے مسائل سنتی ہے سکینہ جھولی چھوڑ دیں گے اور تب ایک دعا کے گھر کے ہے کہ ایک مساری بنے کون میرے چاچے کو کیوں حسین ہاتھ چاہتا لڑنا نہیں میں شکوانا جو کہیں کتاب پڑھا جو کوئی کم کوئی گال حسین عباس کو نو واری آخی ہوئے کلیجے سے چھری پھر گئی ہے ایک بار کربلا آ گئے
اللہ اکبر جند سینے گوشت ہے اتھے اپ تیری وضو کرے سی قبرے چ روشن جو سمجھ آ گئی تا دامی کو عباس سوچے اج حساب دا رہی ہے سارے حساب کرنے سر کانو پیرا تھا جتنے اونگلے عرب دے ہتھیار ہن عباس جسم تے لائے زرہ مغفر خور جوشن بازو بند ترکش تیر کمان ڈھال نیلے تلوار لوہے چ بڑھ کے حسین دے سامنے آئے مولا اجازت زہرا جلال عباس جلال نہیں بھی آرام کرن دے دا مالا کیوں نہ ہوئے او زبانا چھکڑیاں نہیں جڑیاں تیرے سامنے اونچا بلے لے آئی اے نو لکھ دے سر موڈے کو لہامنے نہیں اور بانیاں میں جس میں کوئی اجازت دے سے انہاں دے گھر پہ چھوڑ کے دیکھ رہے میں ہاتھ جوڑی کھڑا تاری قوم دا چھوٹا جا وکیل ہاں موجود سجاد کو گواہ بنا کے پیا حسین عباس رج کے مار دل دے ارمان کر لاشاں دے پہاڑ لا دے سراں دے چٹے بنا دے تیری تلوار تک سکتی ہے ہاں اے باب علی دیے اے گھن اے نہ ترسی ہن عباس حیران ہے کل رات تے رکیندا رہے اج تلوار یا پہ دے دے اللہ واسطے بڑا نہ سمجھے حسین دے جتنے دل کریں دے مار مگر سوچ کے ماری تے جتنے کر بلا مارن شام وچ بدلا بڑی زینب تے دے شام وچ اس نے زخم بڑی اٹھے عباس کہیں گھوڑے تو نہ لاندا
یہ ایک مجبوری نہ ہو دی بانیاں نے مجلس ایک جادت دسا مجبوری کریے عباس کو آنکھیں جتیر لگے اور میں نے یہاں لفظ یہاں پہ رہا آنکھیں تیر لگے ہاتھ دہان کو ہے نا جو چھکیا زانو بدھا کے عباس زانو آئے تیر پسائے سر کا جھکڑا حکیم بن طفیل حرامی گرد مارے گرد لگ گئے عباس دین چھوڑیے اللہ اللہ اکبر اللہ اکبر عالم جی بس میں ختم کرنا پیا وہ عالم جی عباس کو اپنی مفاد عباس ہے اے وقت پکڑی کھڑا خلاف جو تو پاگا نے نائی لکھے بہن عالم جی سامنے کر برائے ترائے گی ہندی تا سہائی لیکن جیڑا شہیدی گھوڑے تو لہن رہا حسنین دنانا کوسر دا جام لے رہا ہاں میرے حسین دا سپاہی پہلے کوسر بھی بات جنت والی اور اللہ جانے جانتے کیا سوچے حتیٰ کہ علی اکباری کو سر پی کے گئے شیخ رائنا نے جنہ بازو پہ ڈھاکے عباس رکھتے رسول جان آگا کیتے عباس پر پیا دے دین دکھے پاسے دو رسول میں کو کوسر نہ جان جھولی اس بھائی بیٹھی رہی ہے وہ چن گیا کہ میں تو نہیں